ਬੀਬੀਸੀ ਵੱਲੋਂ ਮਾਈ ਭਾਗੋ ਦਾ ਨਾਂ ਤਿੰਨ ਮਹਾਨ ਔਰਤਾਂ 'ਚ ਸ਼ਾਮਲ ਕੀਤੇ ਜਾਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਸਿੱਖ ਇਤਿਹਾਸ 'ਚ ਮਾਈ ਭਾਗੋ ਦੇ ਯੋਗਦਾਨ ਨਾਲ ਸਾਰੀ ਦੁਨੀਆ ਜਾਣੂ ਹੋਵੇਗੀ। ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਕਿਹਾ ਕਿ ਮਾਈ ਭਾਗੋ ਨੇ 40 ਸਿੱਖਾਂ ਵੱਲੋਂ ਬੇਦਾਵਾ ਲਿਖ ਕੇ ਦਿੱਤੇ ਜਾਣ ਦੇ ਬਾਅਦ ਨਾ ਸਿਰਫ ਉਹਨਾਂ ਨੂੰ ਫੇਰ ਤੋਂ ਲੜਨ ਲਈ ਤਿਆਰ ਕੀਤਾ ਬਲਕਿ ਗੁਰੂ ਗੋਬਿੰਦ ਸਿੰਘ ਜੀ ਦੀ ਅੰਗ ਰਕਸ਼ਕ ਬਣ ਕੇ ਲੜਾਈ ਦੇ ਮੈਦਾਨ 'ਚ ਵੀ ਉਤਰੀ। ਉਹਨਾਂ ਬੀਬੀਸੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਤਿੰਨ ਮਹਾਨ ਬੀਬੀਆਂ ਦੇ ਵਿੱਚ ਮਾਈ ਭਾਗੋ ਦਾ ਨਾਂ ਲਿਆਂਦਾ ਹੈ। ਪਹਿਲਾਂ ਤਾਂ ਆਪਾਂ ਸਮਝੀਏ ਕਿ ਮਾਈ ਭਾਗੋ ਦੀ ਦੇਣ ਕੀ ਹੈ। ਜਦੋਂ ਚਮਕੌਰ ਦੀ ਗੜੀ ਛੱਡ ਕੇ ਸਿੱਖ ਬੜਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਕੱਠੇ ਹੋ ਕੇ ਮੁਗਲਾਂ ਨਾਲ ਲੜਾਈਆਂ ਕਰਦੇ ਰਹੇ ਸੀ, ਅਖੀਰ ਕੁਝ ਸਿੰਘ ਤੰਗ ਆ ਕੇ ਅਤੇ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਸੀ। ਅਤੇ ਜਦੋਂ ਘਰ ਪਰਤੇ ਸੀ ਤਾਂ ਉਹਨਾਂ ਦੀ ਬੀਵੀਆਂ ਨੇ ਕਿਹਾ ਕਿ ਤੁਸੀਂ ਆਪਣੇ ਗੁਰੂ ਨੂੰ ਛੱਡ ਆਇਓ ਅਤੇ ਤੁਸੀਂ ਹੁਣ ਘਰ ਬਹਿ ਜਾਓ ਅਤੇ ਹੁਣ ਅਸੀਂ ਕਿਰਪਾਨ ਲੈ ਕੇ ਤੁਸੀਂ ਜੰਗੇ ਮੈਦਾਨ ਵਿੱਚ ਜਾਂਦੇ ਹਾਂ। ਇਹ ਬੀਬੀ ਭਾਗੋ ਉਸ ਵੇਲੇ ਉਹਨਾਂ ਨੂੰ ਫਿਟਕਾਰਾਂ ਪਾ ਕੇ ਆਪਣੇ ਘਰ ਵਾਲਿਆਂ ਨੂੰ ਅਤੇ ਗੁਰੂ ਸਾਹਿਬ ਦੀ ਫੌਜ 'ਚ ਹੈ। ਇਸੇ ਗੱਲ ਨੂੰ ਵੇਖਦਿਆਂ ਉਹ 40 ਦੇ 40 ਸਿੰਘ ਜਿਹੜੇ ਦਸਮ ਪਾਤਸ਼ਾਹ ਨੂੰ ਬਿਦਾਵਾ ਦੇ ਗਏ ਸੀ ਉਹ ਵਾਪਸ ਆ ਗਏ ਅਤੇ ਫਿਰ ਉਹਨਾਂ ਮੁਕਤਸਰ ਵਿੱਚ ਖਿਦਰਾਣੇ ਦੀ ਜਾ ਕੇ ਢਾਬ 'ਤੇ ਆ ਕੇ ਲੜਾਈ ਲੜੀ ਸੀ। ਇੱਥੇ ਬੜਾ ਪਵਿੱਤਰ ਅਸਥਾਨ ਸ਼ਾਮਲ ਹੈ। ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ BBC ਨੇ ਇਹ ਬੜਾ ਆਦਰ ਮਾਣ ਦਿੱਤਾ ਕਿ ਮਲਿਕ ਬੀਬੀ ਭਾਗੋ ਜੀ ਬੀਬੀ ਨੂੰ ਇੱਕ ਬੜਾ ਉੱਚਾ ਸਥਾਨ ਦੇ ਕੇ ਇੱਕ ਮਹਾਨ ਬੀਬੀਆਂ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਹੈ। ਬੜੀ ਵੱਡੀ ਕੁਰਬਾਨੀ ਹੈ। ਕੋਈ ਨਹੀਂ ਕਹਿੰਦਾ ਕਿ ਮੇਰਾ ਘਰ ਲਾ ਮੁੜ ਕੇ ਲੜਾਈ ਵਾਪਸ ਜਾਵੇ। ਖਾਸ ਕਰਕੇ ਤਾਂ ਕਦੀ ਵੀ ਕੋਈ ਨਹੀਂ ਕਹਿੰਦਾ ਜੇ ਤੁਸੀਂ ਘਰ ਬਹਿਣਾ ਤਾਂ ਬਹਿ ਜਾਓ ਅਤੇ ਅਸੀਂ ਗੁਰੂ ਦੇ ਨਾਲ ਜਾ ਕੇ ਮੁਗਲਾਂ ਨਾਲ ਲੜਾਈ ਲੜਾਂਗੇ, ਜ਼ੁਲਮ ਅਤੇ ਬੇਇਨਸਾਫੀ ਦੇ ਖਿਲਾਫ ਅਸੀਂ ਝੰਡਾ ਚੁੱਕਾਂਗੇ। ਮਲਿਕ ਭਾਗੋ ਦਾ ਬੜਾ ਉੱਚਾ ਸਥਾਨ ਹੈ ਅਤੇ ਇਸ ਨੂੰ ਉਜਾਗਰ ਕਰਨਾ, ਮੈਂ ਸਮਝਦਾ BBC ਇਸ ਗੱਲ ਦੀ ਮੁਬਾਰਕਬਾਦ ਦੇ ਹੱਕਦਾਰ। ਅੰਮ੍ਰਿਤਸਰ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ, 5 ਆਪ ਟੂਡੇ।